ਤੁਸੀਂ ਕਿਹਾ ਸਮਝੋ ਪਾਕਿਸਤਾਨ ਬਣ ਜਾਏਗਾ ਤੇ ਤੁਹਾਨੂੰ ਪਾਕਿਸਤਾਨ ਦੀ ਸਪੋਰਟ ਮਿਲੇਗੀ ਉਹ ਤੁਹਾਨੂੰ ਖਾ ਜਾਣਗੇ ਦੂਜੇ ਦਿਨ ਇੱਕ ਰੈਪੂਟੇਸ਼ਨ ਹੈ ਜਾਂ ਉਹਨਾਂ ਦੀ ਇੱਕ ਸਟੈਂਡਿੰਗ ਹੈ ਨਾ ਉਹ ਸਭ ਜਗ੍ਹਾ ਹੈਗੀ ਹੈ ਜੀ ਕਿਧਰੇ ਵੀ ਸਾਨੂੰ ਨੀਵੀਂ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਤੇ ਬੰਗਲਾਦੇਸ਼ ਗਿਆ ਸੀ ਜੀ ਰੋਕ ਰੋਕ ਕੇ ਪੁੱਛਦੇ ਸੀ ਕਿ बांग्लादेश वाले इंडिया तो आप लोगों ने हमको इंडिपेंडेंस दिला दी अगर पाकिस्तान ने अभी दोबारा कुछ करता है चाइना आता है तो आप लोग हमको दोबारा तो बचाने आओगे ना ते इवन एक सेइंग है किसी ते एक मिजोरम दे बच्चा ने एक इंसिडेंस हुई सी ते दिल्ली ते लोगों ने आके सी कि अगर अपने बच्चों कि अगर किसी मुसीबत में फंस जाओ कहीं तो नीरश में देखना गुरुद्वारा कौन सा है या कोई सरदार नजर आए उससे मदद लेना तो सरदारों ने ही साडा आर्मी का लीडर समझ लेना जी भी कि आर्मी अगर रन कर दी है इंडिया दी तो सरदारा करके कर दी। असम वैसे तो जानिया जाता है चाह पत्ती दी खेती दी ले पर इस दा शहर नगांव दी जे मैं गल करा ता इस शहर दे विच बहुत तरह दी खेती कीती जांदी है ते ओथे ही इस नु हरिया भरिया शहर भी किया जांदा है। ਸ੍ਰੀਕਾਲ ਜੀ ਮੈਂ ਸਿਮਰਨਜੀਤ ਕੌਰ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਦ 6 ਆਫ ਇੰਡੀਆ ਸ਼ੋਅ ਦੇ ਵਿੱਚ ਤੇ ਅੱਜ ਮੈਂ ਪਹੁੰਚ ਚੁੱਕੀ ਹਾਂ ਅਸਾਮ ਦੀ ਧਰਤੀ ਦੇ ਸ਼ਹਿਰ ਨਗਾਉ ਦੇ ਵਿੱਚ ਜਿੱਥੇ ਕਿ ਬ੍ਰਹਮਪੁੱਤਰ ਦੀ ਨਦੀ ਜਿਹੜੀ ਹੈ ਵਗਦੀ ਹੈ ਤੇ ਇਸ ਸ਼ਹਿਰ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਂਦੀ ਹੈ ਤੇ ਇਸ ਸ਼ਹਿਰ ਦੇ ਵਿੱਚ ਮੈਨੂੰ ਤਲਾਸ਼ ਹੈ ਸਿੱਖ ਸਰਦਾਰ ਜੀ ਦੀ ਤੇ ਇਹ ਤਲਾਸ਼ ਕਿੱਥੇ ਮੁਕਦੀ ਹੈ ਆਓ ਵੇਖਦੇ ਹਾਂ। ਮੈਨੂੰ ਤਾਂ ਮੇਰੇ ਹੋਨਹਾਰ ਸਰਦਾਰ ਜੀ ਮਿਲ ਚੁੱਕੇ ਨੇ ਜਿਨ੍ਹਾਂ ਨੇ ਇੱਥੇ ਆਪਣਾ ਚੱਕ ਦੇ ਨਾਮ ਤੋਂ ਟਾਬਾ ਰੱਖਿਆ ਤੇ ਆਓ ਜੀ ਸੁਰਜੀਤ ਸਿੰਘ ਸੇਠੀ ਜੀ ਦੇ ਨਾਲ ਮਿਲਦੇ ਆ ਤੇ ਉਹਨਾਂ ਦੇ ਇਸ ਟਾਬੇ ਦਾ ਖਾਣੇ ਦਾ ਟੇਸਟ ਕਰਦੇ ਆ। ਆਜ ਚਲੀਏ ਤੇ ਕਰਦੇ ਆ ਉਹਨਾਂ ਦੇ ਨਾਲ ਮੁਲਾਕਾਤ। ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨਜੀਤ ਕੌਰ ਤੁਹਾਡੇ ਸਭ ਦਾ ਸਵਾਗਤ ਕਰਦੀ ਆ ਦ 6 ਆਫ ਇੰਡੀਆ ਪ੍ਰੋਗਰਾਮ ਦੇ ਵਿੱਚ ਤੇ ਅੱਜ ਮੇਰੇ ਨਾਲ ਮੌਜੂਦ ਹੈ ਸਾਡੇ ਖਾਸ ਮਹਿਮਾਨ ਸੁਰਜੀਤ ਸਿੰਘ ਸੇਠੀ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਹਾਂ ਉਹਨਾਂ ਦੀ ਜਰਨੀ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ। ਸੋ ਸਰ, ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੀ ਕਿ ਤੁਹਾਡਾ ਬੋਰਨ ਬ੍ਰੋਟਅਪ ਤੁਸੀਂ ਇੱਥੋਂ ਹੀ ਹੋ ਜਾਂ ਫਿਰ ਇੱਥੇ ਦੀ ਕੀ ਜਰਨੀ ਸੀ ਕਿ ਪੰਜਾਬ ਦੇ ਰਹਿਣ ਵਾਲੇ ਹੋ ਤੇ ਜੇ ਪੰਜਾਬ ਦੇ ਰਹਿਣ ਵਾਲੇ ਹੋ ਤਾਂ ਫਿਰ ਇੱਥੇ ਆਉਣ ਦਾ ਸਬੱਬ ਕਿਵੇਂ ਬਣਿਆ? ਮੈਂ ਪਟਿਆਲੇ ਦਾ ਰਹਿਣ ਵਾਲਾ ਜੀ, ਬੋਰਨ ਇਨ ਪਟਿਆਲਾ, ਬ੍ਰੋਟਅਪ ਇਨ ਕਾਨਪੁਰ ਯੂਪੀ, ਸਟੱਡੀਜ਼ ਇਨ ਕਾਨਪੁਰ ਜੀ। ਉਸ ਤੋਂ ਬਾਅਦ ਅਸੀਂ ਆ ਕੇ ਬਾਅਦ ਦਿੱਲੀ ਸੈਟਲ ਹੋ ਗਏ ਸੀ। ਅੱਛਾ ਜੀ। ਫਿਰ ਇੱਕ ਕੰਪਨੀ ਜੁਆਇਨ ਕੀਤੀ ਹੈ ਅਸੀਂ, ਜਿਹੜੀ ਹਾਈਵੇ ਤੇ ਇਨਫਰਾਸਟ੍ਰਕਚਰ ਦੀ ਕੰਪਨੀ ਹੈ ਤੇ ਕਰਦੇ ਕਰਦੇ ਉਸ ਕੰਪਨੀ ਦਾ ਮੈਂ ਨਾਰਥ ਈਸਟ ਦਾ ਹੈੱਡ ਬਣ ਗਿਆ ਜੀ। ਤੇ ਇੱਧਰ ਤੇ ਜਿੰਨੇ ਵੀ ਪੁਰਾਣੇ ਟਾਈਮ ਦੇ ਏਅਰਪੋਰਟ ਹੈਗੇ ਸੀ ਸਾਡੇ ਮੋਨੋਪੋਲੀ ਸੀ, ਸਾਰੇ ਏਅਰਪੋਰਟ ਦੇ ਰਨਵੇ ਸਾਡੇ ਬਣਾਏ ਹੋਏ ਆ ਸਿੰਸ 82 ਜੀ। ਤੋਂ 82 ਤੋਂ 2001 ਤੱਕ ਅਸੀਂ ਸਾਰੇ 1x1 ਸਾਰੇ ਰਨਵੇ ਬਣਾਤੇ ਹੁੰਦੇ ਸੀ, ਪਹਿਲੇ ਟੁੱਟੇ ਭੱਜੇ ਪਏ ਸੀ ਵਰਲਡ ਵਾਰ 2 ਦੇ ਟਾਈਮ ਜੀ 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 ਜੀ। ਉਸ ਤਰ੍ਹਾਂ ਕਰਦੇ ਕਰਦੇ ਆਸਾਮ ਨਾਲ ਬੜਾ ਲਗਾਓ ਜਿਹਾ ਹੋ ਗਿਆ, ਲੋਕ ਬੜੇ ਸਿੱਧੇ ਸਾਦੇ ਦਿਖੇ, ਕੋਈ ਉਹਨਾਂ ਦੇ ਮਨ 'ਚ ਮੈਲ ਨਹੀਂ ਕੁਛ ਨਹੀਂ। ਹਾਲਾਂਕਿ ਜਿੰਨਾ ਦਿਨਾਂ 'ਚ ਅਸੀਂ ਕੰਮ ਤੇ ਕੀਤਾ ਉਸ ਟਾਈਮ ਕੋਈ ਇੱਥੇ ਆਉਣ ਨੂੰ ਤਿਆਰ ਨਹੀਂ ਸੀ, ਅੰਡਰਗਰਾਊਂਡ ਫੁੱਲ ਸਟੀਮ 'ਚ ਹੈਗਾ ਸੀ, ਆਜ ਸਟੂਡੈਂਟ ਮੂਵਮੈਂਟ ਫੁੱਲ ਸਟੀਮ 'ਚ ਹੈਗਾ ਸੀ ਤੇ ਈਵਨ ਟੈਂਡਰ ਨਹੀਂ ਆਉਂਦੇ ਸੀ। ਅੱਛਾ। ਟੈਂਡਰ, ਸਿੰਗਲ ਟੈਂਡਰ ਸਾਨੂੰ ਅੱਧੇ ਕੰਮ ਮਿਲਣ, ਕੋਈ ਬਿਨਾਂ ਟੈਂਡਰ ਤੋਂ ਵੀ ਮਿਲੇ ਨੇ ਤੇ ਉਸ ਟਾਈਮ ਦੇ ਅਸੀਂ ਡਿਫੀਕਲਟ ਟਾਈਮ ਦੇ ਕੰਮ ਕੀਤੇ, ਜਦ ਕੋਈ ਸਾਰਿਆਂ ਨੇ ਹੱਥ ਖੜੇ ਕਰਤੇ ਤਾਂ ਸਾਡੀ ਕੰਪਨੀ ਨੇ ਕੰਮ ਲਏ। ਅੱਛਾ। ਤੇ ਸਾਰਿਆਂ ਸਕਸੈਸ ਹੋਏ, ਸਾਰੇ ਬਿਫੋਰ ਟਾਈਮ ਕੰਪਲੀਟ ਕੀਤੇ, ਇੱਥੋਂ ਸਾਡੀ ਕੰਪਨੀ ਦੀ ਰੈਪੂਟੇਸ਼ਨ ਬਣੀ ਕਿ ਦੇ ਆਰ ਮਾਸਟਰਸ ਇਨ ਕੰਪਲੀਟਿੰਗ ਵਰਕਸ ਬਿਫੋਰ ਟਾਈਮ ਐਂਡ ਇਨ ਗੁੱਡ ਕੁਆਲਿਟੀ ਆਲਸੋ। ਵਾਹ। ਉਸ ਟਾਈਮ ਦੇ ਕਰਦੇ ਕਰਦੇ ਤੇ 25 ਸਾਲ ਹੋ ਗਏ ਕੰਮ ਕਰਦੇ ਆ ਤੇ ਵੀ ਮੇਰਾ ਆਈ ਹੈਵ ਟ੍ਰੈਵਲਡ ਮੋਸਟ ਇਨ ਮਾਈ ਕੰਪਨੀ ਐਂਡ ਦ ਮੋਸਟ ਟ੍ਰੈਵਲਡ ਪਰਸਨ, ਤੇ ਮੈਨੂੰ ਲੱਗ ਗਿਆ ਰੈਸਟੋਰੈਂਟ ਲਾਈਨ ਦਾ ਸ਼ੌਂਕ ਲੱਗ ਗਿਆ। ਜਦ 25 ਸਾਲ ਹੋ ਗਏ ਤੇ ਇੱਕ ਮੌਕਾ ਐਸਾ ਹੈ ਕਿ ਏਜ ਵੀ ਐਸੀ ਹੋ ਗਈ ਕਿ ਹੁਣ ਕੁਝ ਆਪਣਾ ਪੈਸ਼ਨ ਤੇ ਪੂਰਾ ਕਰ ਲਈ ਬਿਫੋਰ ਅਸੀਂ ਇਨਐਕਟਿਵ ਹੋ ਜਾਈਏ ਜੀ ਜੀ ਜੀ। ਤੇ ਮੈਂ ਕਿਹਾ ਸਤਿ ਸ਼੍ਰੀ ਅਕਾਲ ਕੀਤਾ ਉਹਨਾਂ, ਬਈ ਮੈਂ ਥੋੜ੍ਹਾ 5-10 ਸਾਲ ਜਿਹੜੇ ਲਾਈਫ ਦੇ ਆਖਰੀ ਐਕਟਿਵ ਲਾਈਫ ਹੈਗੇ ਮੈਨੂੰ ਛੱਡ ਦਿਓ। ਤੇ ਫਿਰ ਐਸੀ ਏਰੀਆ ਅਸੀਂ ਘੁੰਮਦੇ ਸੀ, ਨਾਗਾਲੈਂਡ ਦੇ ਕੋਲੋਂ ਇੱਥੇ ਪੱਥਰ ਜਾਂਦਾ ਤ੍ਰਿਪੁਰਾ ਤੱਕ ਜਾਂਦਾ ਜੀ,
ਉਹ ਸਭ ਕੰਮ ਕਰਦੇ ਨੇ ਦੇਖਿਆ ਤੇ ਬੜਾ ਸਕੋਪ ਹੈਗਾ ਹੈ ਇੱਥੇ ਕਾਜੀਰੰਗਾ ਨੈਸ਼ਨਲ ਪਾਰਕ ਹੈ ਜਿਹੜਾ ਕਿ ਏਸ਼ੀਆ ਦਾ ਸਭ ਤੋਂ ਵੱਡਾ ਰਾਈਨੋ ਪਾਰਕ ਹੈ ਹਾਂਜੀ ਤੇ ਟੂਰਿਸਟ ਇਨਫਲੋ ਬਹੁਤ ਹੈ ਇਸ ਰੋਡ ਤੇ ਅਸੀਂ ਕਿਹਾ ਇੱਥੇ ਪੰਜਾਬੀ ਅਸੀਂ ਵੀ ਆਪ ਜਾਂਦੇ ਸੀ ਤੇ ਖਾਣ ਨੂੰ ਨਹੀਂ ਮਿਲਦਾ ਸੀ ਕੁਛ ਅਸੀਂ ਆਪਣਾ ਘਰੋਂ ਖਾਣਾ ਟਿਫਨ ਚ ਲੈ ਕੇ ਜਾਣਾ ਚਾਹ ਵੀ ਅਸੀਂ ਕਿਹਾ ਇਹ ਦਿਸ ਇਜ਼ ਅ ਰਾਈਟ ਪਲੇਸ ਟੂ ਸਟਾਰਟ ਆਪਣੇ ਨਾਲ ਇੱਕ ਦੋ ਮੁੰਡੇ ਹੈਗੇ ਸੀ ਲੋਕਲ ਉਹ ਲੈ ਕੇ ਫਿਰ ਅਸੀਂ ਜ਼ਮੀਨ ਖਰੀਦੀ ਤੇ 4 ਸਾਲ ਪਹਿਲੇ ਸ਼ੁਰੂ ਕੀਤਾ ਹੈ ਜਿਹੜੇ ਮਤਲਬ ਤੁਹਾਡੇ ਨਾਲ ਕੰਮ ਕਰਦੇ ਸੀਗੇ ਲੜਕੇ ਮੇਰੇ ਨਾਲ ਕੰਮ ਕਰਦੇ ਸੀ ਜੂਨੀਅਰ ਜੀ 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 ਇਨਸੀਡੈਂਟਲੀ ਅਸੀਂ ਏਰੀਆ ਦੇ ਹੈਗੇ ਸੀ ਓਕੇ ਦੋਨੋਂ ਗੁਆਟੀ ਦੇ ਸੀ ਜੀ 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 ਤੇ ਉਹਨਾਂ ਨੇ ਕਿਹਾ ਉਹਨਾਂ ਨਾਲ ਟਿਊਨਿੰਗ ਹੋ ਗਈ ਸੀ ਕਿ ਅਗਰ ਆਪ ਕੰਪਨੀ ਛੋੜੋਗੇ ਤਾਂ ਹਮ ਵੀ ਨਹੀਂ ਕਰਾਂਗੇ ਹਮ ਆਪਕੇ ਸਾਥ ਰਹਿਣਗੇ ਵਾਹ ਤੇ ਮੈਂ ਨਾਲ ਸ਼ੁਰੂ ਤੋਂ ਸਟਾਫ ਦਾ ਬੜਾ ਲਗਾਅ ਹੋ ਰਿਹਾ ਇੱਕ ਵਾਰ ਮੈਂ ਵਿਚਕਾਰ ਵੀ ਇੰਦੌਰ ਤੋਂ ਰਿਜ਼ਾਈਨ ਕੀਤਾ ਸੀ ਤੇ ਮੇਰੇ ਨਾਲ 45 ਸਟਾਫ ਨੇ ਰਿਜ਼ਾਈਨ ਕਰਤਾ ਓ ਮਾਈ ਗੋਡ ਇੰਨਾ ਮੇਰਾ ਪਿਆਰ ਸਟਾਫ ਨਾਲ ਰਹਿੰਦਾ ਹੈ ਐਨੀ ਫੈਸਿਲਿਟੀ ਦੇਣਾ ਉਹਨਾਂ ਨੂੰ ਫੁੱਲ ਪਾਵਰ ਜੀ ਜੀ ਅੱਛਾ ਉਸ ਟਾਈਮ ਵੀ ਇਸ ਤਰ੍ਹਾਂ ਜੀ ਅੱਛਾ ਤੁਸੀਂ ਨਾ ਗੱਲ ਕਰਦੇ ਕਰਦੇ ਇੱਕ ਗੱਲ ਕਹੀ ਕਿ ਮੈਂ 20 25 ਸਾਲ ਕੰਮ ਕੀਤਾ ਫਿਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਨੂੰ ਜਿਹੜੀ ਆਪਣੇ ਲਾਈਫ ਦੇ 10 ਸਾਲ ਜਿਹੜੇ ਆ ਉਹ ਤੁਸੀਂ ਵਧੀਆ ਉਹ ਹੈਲਦੀ ਹੋ ਵਾਹਿਗੁਰੂ ਮੇਰ ਰੱਖੇ ਤੁਸੀਂ ਹੋਰ ਕਈ ਸਾਲ ਤੁਸੀਂ ਇਹ ਜਿਹੜਾ ਰੈਸਟੋਰੈਂਟ ਆਪਣਾ ਰਨ ਕਰੋ ਤੇ ਤੁਹਾਡੀ ਏਜ ਇੰਨੀ ਲੱਗਦੀ ਵੀ ਨਹੀਂ ਹੈ ਕਿ ਤੁਸੀਂ ਇਹ ਗੱਲ ਕਹੋ ਸੀ ਆਈ ਐਮ ਅਰਾਊਂਡ 65 ਇਅਰ ਓਲਡ ਓ ਆਈ ਐਮ ਬੋਰਨ ਇਨ 58 ਅੱਛਾ ਜੀ ਤਾਂ ਮਤਲਬ ਬਟ ਲੱਗਦੇ ਨਹੀਂ ਹੋ ਤੁਸੀਂ 65 ਦੇ ਹੋ ਸਾਡਾ ਥੋੜਾ ਸਪੋਰਟਸ ਦਾ ਬੈਕਗ੍ਰਾਉਂਡ ਰਿਹਾ ਹੈ ਅੱਛਾ ਜੀ ਐਕਸਰਸਾਈਜ਼ ਆਦਤ ਸ਼ੁਰੂ ਤੋਂ ਰਹੀ ਹੈ ਤੇ ਬਸ ਅੱਛਾ ਆਈ ਐਮ ਅ ਵਰਕਾਹੋਲਿਕ ਅਸੀਂ ਕੰਮ ਕਰਦੇ ਰਹੇ 24 ਘੰਟੇ ਕੰਮ ਕੀਤਾ ਜੀ ਤੇ ਕਦੀ ਲੇਜ਼ਰ ਵਾਲ ਜਾਂ ਉਸ ਪਾਸੇ ਧਿਆਨ ਨਹੀਂ ਦਿੱਤਾ ਕਿ ਆਰਾਮ ਵੀ ਕਰਨਾ ਹੈ ਉਹ ਸਾਨੂੰ ਟ੍ਰੇਨਿੰਗ ਵੀ ਅਸੀਂ ਦਿੱਤੀ ਪਹਿਲੇ ਕੰਮ ਤੇ 24 ਘੰਟੇ ਪਟਨਾ ਏਅਰਪੋਰਟ ਲਗਾਤਾ 24 ਆਵਰ ਡਿਊਟੀ ਤੇ ਪਹਿਲੇ ਕੰਮ ਤੇ ਅੱਛਾ ਜੀ ਜਦ ਕਿ ਸਾਡੇ ਰਿਲੇਟਿਵ ਸੀ ਜਿਨ੍ਹਾਂ ਦੀ ਕੰਪਨੀ ਸੀ ਹਾਂਜੀ ਹਾਂਜੀ ਉਹਨਾਂ ਨੇ ਇੰਨੀ ਹਾਰਡ ਟ੍ਰੇਨਿੰਗ ਦਿੱਤੀ ਕਿ ਉਸ ਤੋਂ ਬਾਅਦ ਤੇ ਲਾਸਟ 3 ਇਅਰਸ ਆਫ ਮਾਈ ਟੈਨਿਓਰ ਇਨ ਦਾ ਕੰਪਨੀ ਆਈ ਵਾਸ ਅ ਟ੍ਰਬਲ ਸ਼ੂਟਰ ਫॉर द ਕੰਪਨੀ ਪੂਰੀ ਕੰਪਨੀ ਤੇ 4-5 ਜਗ੍ਹਾ ਕੰਮ ਚੱਲਦੇ ਜਿੱਥੇ ਕਿਤੇ ਕੋਈ ਪ੍ਰੋਬਲਮ ਹੋ ਜਾਏ ਉਹ ਸੁਰਜੀਤ ਸੇਠੀ ਨੂੰ ਬੁਲਾਓ ਅੱਛਾ ਜੀ ਜਿੱਥੇ ਸਾਰੇ ਫੇਲ ਹੋ ਜਾਣ ਤੇ ਸੁਰਜੀਤ ਸੇਠੀ ਨੂੰ ਬੁਲਾਓ ਮੱਟਾ ਚੋਟ ਰੱਬ ਦੀ ਮਿਹਰਸੀ ਤੇ ਆਲਵੇਸ ਆਈ ਹੈਵ ਕਮ ਆਊਟ ਆਫ ਫਰਾਈਂਗ ਕਲਰ ਕਦੀ ਆ ਰਹੇ ਨਹੀਂ ਅਸੀਂ ਕੀ ਬਾਤ ਹੈ ਮਤਲਬ ਸਭ ਜਗ੍ਹਾ ਰਿਕਾਰਡ ਬਣਾਏ ਨੇ ਕੋਈ ਨਾ ਕੋਈ ਜੀ 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 ਅੱਛਾ ਤੇ ਇਹ ਰੈਸਟੋਰੈਂਟ ਦਾ ਆਈਡੀਆ ਤੁਹਾਨੂੰ ਕਿਵੇਂ ਆਇਆ ਕਿ ਜਿਵੇਂ ਤੁਸੀਂ ਦੱਸਿਆ ਕਿ ਹਨਾ ਕਿ ਖਾਣ ਨੂੰ ਨਹੀਂ ਸੀ ਮਿਲਦਾ ਬਟ ਰੈਸਟੋਰੈਂਟ ਦਾ ਜਿਹੜਾ ਨਾਮ ਹੈ ਉਹ ਬੜਾ ਕੈਚੀ ਜਿਹਾ ਹੈ ਚੱਕ ਦੇ ਤਾਂ ਉਹ ਨਾਮ ਕਿਵੇਂ ਆਇਆ ਕਿ ਹਾਂ ਇਹ ਨਾਮ ਰੱਖਿਆ ਜਾਵੇ ਇਸ ਕਰਕੇ ਕਿ ਇੱਕ ਤੇ ਮੈਂ ਟਰੈਵਲਿੰਗ ਬੜੀ ਕਰਦਾ ਸੀ ਨਾ ਤੇ ਮੈਂ ਦੇਖਦਾ ਸੀ ਕਿ ਰੈਸਟੋਰੈਂਟ ਬੜਾ ਵਧੀਆ ਖਾਣਾ ਚੰਗਾ ਨਹੀਂ ਮਿਲ ਰਿਹਾ ਜਾਂ ਰੈਸਟੋਰੈਂਟ ਦੀ ਬਿਲਡਿੰਗ ਬੜੀ ਪੈੜੀ ਜੀ ਹੈ ਖਾਣਾ ਬੜਾ ਅੱਛਾ ਹੈ ਤੇ ਉਹ ਦਿਮਾਗ ਵਿੱਚ ਵਰਦਾ ਗਿਆ ਕਿ ਕਿਸੇ ਨੇ ਆਪਣਾ ਖੋਲਾਂਗੇ ਜਗ੍ਹਾ ਵੀ ਅੱਛੀ ਹੋਏਗੀ ਖਾਣਾ ਵੀ ਅੱਛਾ ਹੋਏਗਾ ਇੱਕ ਤੇ ਉਹ ਸੀ ਨਾ ਦੀ ਨਾ ਦਾ ਇਸ ਕਿ ਜਦ ਨਾ ਦੀ ਗੱਲ ਆਈ ਤੇ ਮੈਂ ਮੇਰਾ ਹਾਕੀ ਦਾ ਬੈਕਗ੍ਰਾਉਂਡ ਹੈ ਮੈਂ ਇੰਡੀਆ ਯੂਨੀਵਰਸਿਟੀ ਤੱਕ ਖੇਡਿਆ ਹੋਇਆ ਕਾਨਪੁਰ ਤੋਂ ਜੀ ਤੇ ਇਹ ਚੱਕ ਦੇ ਨਾਂ ਤੋਂ ਮਨ ਉਹ ਜਿਹੜੀ ਇਹ ਮੂਵੀ ਆਈ ਸੀ ਤੋਂ ਮੈਂ ਬੜਾ ਇਨਸਪਾਇਰ ਹੋਇਆ ਸੀ ਤੇ ਅਸੀਂ ਬੜੇ ਉਹਦੇ ਨਾਲ ਫੀਲ ਕਰਦੇ ਸੀ ਜੀ ਜੀ ਤੇ ਮੈਂ ਕਿਹਾ ਲੋਗੋ ਸਾਡਾ ਚੱਕ ਤੇ ਹੋਏਗਾ ਨਾ ਕੁਛ ਹੀ ਹੋਏ ਤੇ ਨਾ ਕਰੀ ਇਨ ਹਰੀ ਹੈ ਜੀ ਤੇ ਚੱਕ ਦੇ ਲੋਗੋ ਤੇ ਇੱਥੇ ਲੋਕਾਂ ਨੂੰ ਕਰੀ ਨਹੀਂ ਬੋਲਣ ਥੋੜਾ ਟਫ ਲੱਗਦਾ ਅੰਗਰੇਜ਼ੀ ਹੈ ਤੇ ਉਹ ਚੱਕ ਦੇ ਨਾਮ ਤੋਂ ਹੀ ਫੇਮਸ ਹੋ ਗਿਆ ਜੀ ਨਹੀਂ ਸਹੀ ਗੱਲ ਹੈ ਚੱਕ ਦੇ ਨਾਮ ਤੋਂ ਫੇਮਸ ਹੋ ਗਿਆ ਕਿਉਂਕਿ ਅਸੀਂ ਵੀ ਪੁੱਛਦੇ ਹੀ ਆਏ ਹਾਂ ਕਿਉਂਕਿ ਸਾਡੇ ਲਈ ਇਹ ਜਗ੍ਹਾ ਨਵੀਂ ਹੈ ਤਾਂ ਅੱਛਾ ਮਤਲਬ 4 ਸਾਲ ਹੋ ਗਏ ਤੁਹਾਨੂੰ ਹੈ ਨਾ ਤੁਹਾਡੀ ਫੈਮਿਲੀ ਬਾਰੇ ਜਾਣਨਾ ਚਾਹਾਂਗੀ ਕਿ ਫੈਮਿਲੀ ਤੁਹਾਡੇ ਨਾਲ ਇੱਥੇ ਰਹਿੰਦੀ ਹੈ ਜਾਂ ਫਿਰ ਕਿਤੇ ਹੋਰ ਨਹੀਂ ਫੈਮਿਲੀ ਮੇਰੇ ਦੋ ਬੱਚੇ ਨੇ ਇੱਕ ਦੀ ਮੈਰਿਜ ਹੋ ਗਈ ਉਹ ਪੀਆਰ ਲੈ ਕੇ ਕੈਨੇਡਾ ਚਲਾ ਗਿਆ ਜੀ ਤੇ ਇੱਕ ਛੋਟਾ ਹੈਗਾ ਉਹ ਸਟੱਡੀ ਵਾਸਤੇ ਗਿਆ ਸੀ ਆਸਟ੍ਰੇਲੀਆ ਤੇ ਅਜੇ ਉਹ ਉਹਦੇ 'ਚ ਹੈਗਾ ਮਤਲਬ ਕੀ ਕਹਿੰਦੇ ਨੇ ਇੰਟਰਨਸ਼ਿਪ ਤੋਂ ਵੀ ਬਾਹਰ ਆ ਗਿਆ ਤਾਂ ਇਹ ਜੌਬ ਕਰ ਰਿਹਾ ਉੱਥੇ ਆਸਟ੍ਰੇਲੀਆ ਅਜੇ ਉਹਦੀ ਮੈਰਿਜ ਨਹੀਂ ਹੋਈ ਅੱਛਾ ਤੇ ਬੱਚੇ ਆਂਦੇ ਆ ਤੁਹਾਡੇ ਕੋਲ ਇੱਥੇ ਮਿਲਣ ਜਾਂ ਤੁਸੀਂ ਜਾਂਦੇ ਹੋ ਨਹੀਂ ਮੈਂ ਅਜੇ ਤੱਕ ਨਹੀਂ ਗਿਆ ਕਿਉਂਕਿ ਮੁਸ਼ਕਿਲਾਂ 2 ਸਾਲ ਹੋ ਗਏ ਆ ਅੱਛਾ ਜੀ ਤੇ ਅਬ ਬੁਰਾਂਦੇ ਨੇ ਲੇਕਿਨ ਮੈਂ ਕਿਉਂਕਿ ਅਜੇ ਮੈਂ ਅਜੇ ਵੀ ਐਕਸਪੈਂਸ਼ਨ ਚ ਲੱਗਿਆ ਪਿਆ ਮੈਨੂੰ ਇਹਦੇ ਨਾਲ ਵੀ ਸ਼ਾਂਤੀ ਨਹੀਂ ਹੈ ਮੈਂ ਕੰਪਨੀ ਚ ਇਸ ਨਾਲ ਇੱਕ ਪ੍ਰੋਜੈਕਟ ਕੰਪਨੀ ਦੇਂਦੇ ਸੀ ਤੇ ਮੈਂ ਕਹਿੰਦੇ ਨੇ ਅਜੇ ਸੈਟਲ ਹੋ ਗਿਆ ਹੁਣ ਦੂਜਾ ਹੀ ਕੰਮ ਹੋਰ ਦਿਓ ਤੇ ਮੰਗ ਮੰਗ ਕੇ ਕੰਮ ਲਈਦਾ ਸੀ ਹੁਣ ਇੱਥੇ ਇਹ ਸੈਟਲ ਹੋ ਗਿਆ ਤੇ ਮੈਂ ਹੁਣ ਗੁਆਟੀ ਏਅਰਪੋਰਟ ਤੇ ਇੱਕ ਦੋ ਯੂਨਿਟ ਬਣਾ ਰਿਹਾ ਅੱਛਾ ਜੀ ਤੇ ਮੈਂ ਆਪਣੇ ਆਪ ਨੂੰ ਵੇੜਾ ਨਹੀਂ ਰੱਖ ਸਕਦਾ ਉਹ ਕਹਿੰਦੇ ਨੇ ਆਓ ਘੁੰਮੋ ਫਿਰੋ ਮੈਂ ਕਿਹਾ ਘੁੰਮਣ ਦਾ ਟਾਈਮ ਜਦ ਆਏਗਾ ਤੇ ਘੁੰਮਣ ਆਵਾਂਗੇ ਨਹੀਂ ਚਲੋ ਇਹ ਵੀ ਵਧੀਆ ਚੀਜ਼ ਹੈ ਕਿ ਤੁਸੀਂ ਆਪਣੇ ਕੰਮ ਨੂੰ ਇੰਨੀ ਜ਼ਿਆਦਾ ਪ੍ਰਾਇੋਰਿਟੀ ਦਿੰਦੇ ਹੋ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਟਰਸਟ ਦੀ ਤਾਂ ਇੱਕ ਨਾ ਹੁਣ ਤੱਕ ਅਸੀਂ ਜਿਵੇਂ ਮੈਂ ਕਈ ਇੰਟਰਵਿਊਜ਼ ਕਰ ਚੁੱਕੀ ਹਾਂ ਤਾਂ ਮੈਨੂੰ ਬਹੁਤ ਜਗ੍ਹਾ ਤੋਂ ਇਹ ਸੁਣਨ ਨੂੰ ਮਿਲਿਆ ਤਾਂ ਇੱਥੋਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਕਿ ਇੱਥੋਂ ਦੇ ਲੋਕਲਸ ਜਿਹੜੇ ਨੇ
ਉਹ ਤੁਹਾਨੂੰ ਕਿਵੇਂ ਲੈਂਦੇ ਨੇ? ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਈ ਇੰਟਰਵਿਊਜ਼ ਦੇ ਵਿੱਚ, ਤਾਂ ਉਹ ਕਹਿੰਦੇ ਕਿ ਸਿੱਖਾਂ ਨੂੰ ਵੇਖ ਕੇ ਜਦੋਂ ਟਰਬਨ ਵੇਖਦੇ ਆ, ਦਸਤਾਰ ਸਜੀ ਵੇਖਦੇ ਆ, ਤਾਂ ਆਪਣੇ ਆਪ ਉਹ ਟਰੱਸਟ ਜਿਹੜਾ ਇਹ ਬਣ ਜਾਂਦਾ ਆ, ਤਾਂ ਉਹ ਬੜੀ ਤਾਂ ਅਸੀਂ ਸਾਨੂੰ ਵੀ ਇਹ ਚੀਜ਼ ਹੁੰਦੀ ਹੈ ਕਿ ਅਸੀਂ ਵੀ ਉਹਨਾਂ ਨੂੰ ਵਧੀਆ ਹੀ ਟ੍ਰੀਟ ਕਰੀਏ ਕਿ ਉਹ ਜਿਹੜਾ ਟਰੱਸਟ ਹੈ ਉਹ ਨਾ ਟੁੱਟੇ। ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਇੱਥੋਂ ਦੇ ਜਿਹੜੇ ਲੋਕਲਸ ਨੇ ਜਾਂ ਤੁਹਾਡੇ ਵਰਕਰਸ ਜਿਹੜੇ ਤੁਹਾਡੇ ਨਾਲ ਇੱਥੇ ਕੰਮ ਕਰਦੇ ਨੇ, ਤਾਂ ਉਹਨਾਂ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਰਹਿਣ ਸਹਿਣ ਹੈ, ਉਹਨਾਂ ਨਾਲ ਮਿਲਣਾ ਵਰਤਣਾ ਕਿਵੇਂ ਦਾ ਹੈ, ਤਾਂ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਟ੍ਰੀਟ ਕਰਦੇ ਨੇ? ਕਿਉਂਕਿ ਐਜ਼ ਅ ਸਿੱਖ ਜਿਵੇਂ ਦੋਨੋਂ ਵੇਖਾਂ। ਦੇਖੋ ਜੀ, ਮੈਂ ਬਹੁਤ ਜ਼ਿਆਦਾ ਟਰੈਵਲ ਕੀਤਾ ਆਲ ਓਵਰ ਇੰਡੀਆ ਵੀ ਅਤੇ ਬਾਹਰ ਵੀ। ਮੈਂ ਬਰਮਾ ਵੀ ਗਿਆ, ਬੰਗਲਾਦੇਸ਼ ਵੀ ਗਿਆ, ਬੈਂਕੋਕ ਵੀ ਗਿਆ, ਕਿਤੇ ਵੀ ਸਿੰਗਾਪੁਰ ਵੀ ਜਿਹੜੇ ਕੰਪਨੀ ਦੇ ਕੰਮਾਂ 'ਤੇ ਸਭ ਜਗ੍ਹਾ ਘੁੰਮਿਆ ਮੈਂ। ਲੇਕਿਨ ਜੋ ਸਿੱਖਾਂ ਦੀ ਇੱਕ ਰੈਪੂਟੇਸ਼ਨ ਹੈ ਜਾਂ ਉਹਨਾਂ ਦੀ ਇੱਕ ਸਟੈਂਡਿੰਗ ਹੈ ਨਾ, ਉਹ ਸਭ ਜਗ੍ਹਾ ਹੈਗੀ ਹੈ। ਕਿਧਰੇ ਵੀ ਸਾਨੂੰ ਨੀਵੀਂ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ, ਰਿਸਪੈਕਟ ਕਰਦੇ ਨੇ ਲੋਕ ਅਤੇ ਜਲਦੀ ਭਰੋਸਾ ਕਰਦੇ ਨੇ ਕਿ ਸਰਦਾਰ ਹੈ ਠੀਕ ਹੀ ਹੋਗਾ। ਅਤੇ ਈਵਨ ਇੱਕ ਸੇਇੰਗ ਹੈਗੀ ਸੀ ਇੱਥੇ, ਇੱਕ ਮਿਜ਼ੋਰਮ ਦੇ ਬੱਚਿਆਂ ਦੇ ਇੱਕ ਇੰਸੀਡੈਂਟ ਹੋਈ ਸੀ ਅਤੇ ਦਿੱਲੀ 'ਚ, ਅਤੇ ਲੋਕਾਂ ਨੇ ਇਹ ਆਖਿਆ ਸੀ ਕਿ ਅਗਰ ਆਪਣੇ ਬੱਚਿਆਂ ਨੂੰ ਕਿ ਅਗਰ ਕਿਸੇ ਮੁਸੀਬਤ ਮੇਂ ਫਸ ਜਾਓ ਕਹੀਂ, ਤੋ ਨੀਅਰੈਸਟ ਮੇਂ ਦੇਖਣਾ ਗੁਰਦੁਆਰਾ ਕੌਨ ਸਾ ਹੈ, ਜਾਂ ਕੋਈ ਸਰਦਾਰ ਨਜ਼ਰ ਆਏ ਤੋ ਉਸੇ ਮਦਦ ਲੈਣਾ। ਇਹ ਬੜੀ ਵੱਡੀ ਗੱਲ ਹੈ, ਬਿਲਕੁਲ। ਇੱਥੇ ਵੀ ਸਰਦਾਰਾਂ ਦਾ ਹਿਸਟਰੀ ਇਹ ਰਹੀ ਹੈ ਕਿ ਹੁਣ ਤੁਸੀਂ ਜਿਹੜੇ ਅਗਰ ਬਾਰਡਰ ਏਰੀਆ ਚਲੇ ਜਾਓ, ਜਿੱਥੇ ਡਿਫੀਕਲਟ ਟੈਰੇਨ ਹੈਗੇ, ਭਾਵੇਂ ਅਰੁਣਾਚਲ ਬਾਰਡਰ ਹੋਏ, ਚਾਈਨਾ ਬਾਰਡਰ, ਜਿੱਥੇ ਤੁਸੀਂ ਅਗਰ ਜਾ ਕੇ ਦੇਖੋਗੇ ਤਾਂ ਮੈਕਸਿਮਮ ਆਫੀਸਰਸ, ਮੈਕਸਿਮਮ ਟਾਪ ਲੈਵਲ ਦੇ ਸਾਰੇ ਪੰਜਾਬੀ ਸਰਦਾਰ ਹੀ ਹੋਣਗੇ। ਕਿਉਂਕਿ ਅਸੀਂ ਸਾਰੇ ਏਅਰਪੋਰਟ ਬਣਾਇਆ, ਸਾਨੂੰ ਪਤਾ ਹੈ ਜਦ ਹੁਣ ਫਲਾਈਟ ਉਤਰਦੀ ਹੈ ਤਾਂ ਸਾਰੇ ਸਰਦਾਰ ਹੀ, 50% ਸਰਦਾਰ ਹੀ ਹੁੰਦੇ ਨੇ। ਅਤੇ ਅੱਜ ਵੀ ਰੈਪੂਟੇਸ਼ਨ ਸਾਡੀ ਹੋਈ ਕਿ ਜਿੱਥੇ ਡਿਫੀਕਲਟ ਸਿਚੁਏਸ਼ਨ ਆਉਂਦੀ ਹੈ ਉੱਥੇ ਸਿੱਖ ਰਹੇ ਜੀ। ਹੁਣ ਤੁਹਾਨੂੰ ਪਤਾ ਚਾਈਨਾ ਨਾਲ ਕੀ ਹੋ ਰਿਹਾ, ਉੱਥੇ ਕੀ ਖੜੇ ਸਿੱਖ ਰਹੇ ਜੀ, ਮੈਨੇ ਰੋਕ ਕੇ ਰੱਖਿਆ ਉਹਨਾਂ ਨੂੰ, ਸਿਰਫ ਉਹਨਾਂ ਤੋਂ ਡਰਦੇ ਨੇ, ਹੋਰ ਕਿਸੇ ਤੋਂ ਨਹੀਂ ਡਰਦੇ। ਅੱਛਾ, ਫੌਜ ਦੇ ਵਿੱਚ ਕੀ ਬਾਤ ਹੈ। ਤੇ ਇਹ ਰੈਪੂਟੇਸ਼ਨ ਸਾਡੇ ਨੂੰ ਬਰਮਾ ਗਿਆ ਸੀ ਜੀ ਤੇ ਬੰਗਲਾਦੇਸ਼ ਗਿਆ ਸੀ ਜੀ, ਰੋਕ ਰੋਕ ਕੇ ਪੁੱਛਦੇ ਸੀ ਕਿ ਬੰਗਲਾਦੇਸ਼ ਬਾਰੇ ਕਿ ਇੰਡੀਆ ਤੋਂ ਆਪ ਲੋਕਾਂ ਨੇ ਹਮਕੋ ਇੰਡੀਪੈਂਡੈਂਸ ਤੋਂ ਦਿਲਾ ਦੀ, ਅਗਰ ਪਾਕਿਸਤਾਨ ਨੇ ਅਭੀ ਦੁਬਾਰਾ ਕੁਝ ਕਰਤਾ ਹੈ, ਚਾਈਨਾ ਆਤਾ ਹੈ ਤੋ ਆਪ ਲੋਗ ਅਬ ਹਮਕੋ ਦੁਬਾਰਾ ਤੋ ਬਚਾਨੇ ਆਓਗੇ ਨਾ। ਓ ਵਾਓ, ਮਤਲਬ ਤੁਸੀਂ ਸਰਦਾਰ ਹੋ ਤੋ ਤੁਹਾਡੇ ਕੋਲੋਂ ਸਪੈਸ਼ਲ ਕਹਿਣ ਆਂਦੇ ਹੋ, ਕਿਉਂਕਿ ਅਸੀਂ ਬੰਗਲਾਦੇਸ਼ ਦਾ ਜਿਹੜਾ ਸਰੈਂਡਰ ਕੀਤਾ ਸੀ ਸਰਦਾਰ ਜਨਰਲ ਜਗਜੀਤ ਸਿੰਘ ਅਰੋੜਾ ਨੇ ਦਿਆ ਸੀ। ਹਾਂਜੀ ਹਾਂਜੀ, ਤੋ ਸਰਦਾਰਾਂ ਨੂੰ ਹੀ ਸਾਡਾ ਆਰਮੀ ਦਾ ਲੀਡਰ ਸਮਝਦੇ ਨਾ ਅਜੇ ਵੀ। ਵਾਹ, ਕਿ ਆਰਮੀ ਅਗਰ ਰਨ ਕਰਦੀ ਹੈ ਇੰਡੀਆ ਦੀ ਤੇ ਉਹ ਸਰਦਾਰਾਂ ਕਰਕੇ ਕਰਦੀ ਹੈ। ਵਾਹ, ਕੀ ਬਾਤ ਹੈ, ਮਤਲਬ ਇਹ ਬਹੁਤ ਵੱਡੀ ਅਚੀਵਮੈਂਟ ਹੈ। ਰੋਕ ਰੋਕ ਕੇ ਪੁੱਛਦੇ ਸੀ, ਨਹੀਂ ਆਪ ਚਾਹ ਪੀਓ, ਹਮ ਆਪਸੇ ਕੁਝ ਬਾਤ ਕਰਨੀ ਹੈ, ਕੀ ਕਰਨਾ ਹੈ, ਲੜਾਈ ਹੋ ਜੀ, ਚਾਈਨਾ ਆ ਜਾਏਗਾ, ਵੋ ਤਬ ਕਿਆ ਕਰੇਂਗੇ, ਵੋ ਕਿਆ ਕਰੇਂਗੇ, ਤਸੱਲੀ ਦੇ ਕੇ ਆ ਜਾਏ, ਚਿੰਤਾ ਮਤ ਕਰੋ, ਹਮ ਹੈ। ਕੀ ਬਾਤ ਹੈ, ਮਤਲਬ ਇੱਕ ਸਿੱਖ ਕਹਿ ਲਓ ਕਿ ਸਿੱਖ ਦੀ ਇੱਕ ਵੱਖਰੀ ਹੀ ਪਹਿਚਾਣ ਹੈ, ਇੱਕ ਅਲੱਗ ਹੀ ਰਿਸਪੈਕਟ ਹੈ ਜਿੱਥੇ ਵੀ। ਹੁਣ ਤੁਸੀਂ ਇੰਨਾ ਟਰੈਵਲ ਜਿਵੇਂ ਕਰਦੇ ਰਹਿੰਦੇ ਹੋ, ਤਾਂ ਤੁਸੀਂ ਇੰਨੀ ਜਗ੍ਹਾ ਤੇ ਘੁੰਮੇ ਹੋ, ਤਾਂ ਤੁਸੀਂ ਮਤਲਬ ਇਹ ਸਿਰਫ ਇੱਕ ਆਸਾਮ ਦੀ ਹੀ ਨਹੀਂ, ਜਿਵੇਂ ਤੁਸੀਂ ਉਹਨੇ ਦੱਸਿਆ ਕਿ ਬੰਗਲਾਦੇਸ਼ ਤੁਸੀਂ ਗਏ, ਤਾਂ ਮਤਲਬ ਹਰ ਜਗ੍ਹਾ ਤੇ ਜਿਹੜੀ ਉਹ ਰਿਸਪੈਕਟ ਹੈ, ਉਹ ਟਰਸਟ ਹੈ। ਈਵਨ ਕੋਈ ਮੈਂ ਲੋਕਲ ਪੈਸੇਂਜਰ ਟ੍ਰੇਨ ਤੇ ਕਿਸੇ ਪਿੰਡਾਂ 'ਚ ਘੁੰਮਿਆ, ਜੰਗਲਾਂ 'ਚ ਘੁੰਮਿਆ ਹੋਇਆ ਨਾ, ਹਾਂਜੀ, ਤੇ ਉਹ ਜਗ੍ਹਾ ਨਹੀਂ ਟ੍ਰੇਨ ਤੇ ਬੰਦਾ ਜਗ੍ਹਾ ਬਣਾ ਦੇ ਕਿ ਸਰਦਾਰ ਸਾਹਿਬ ਆਇਆ ਉਹਨਾਂ ਕੋਲ ਬਿਠਾਓ ਬੈਠੇ। ਵਾਓ, ਇੰਨਾ ਤੱਕ ਆਉਂਦਾ ਹੈ। ਕੀ ਬਾਤ ਹੈ, ਮਤਲਬ ਵਾਹਿਗੁਰੂ ਜੀ ਦੀ ਮਿਹਰ ਹੈ ਸਿੱਖਾਂ ਦੇ ਉੱਤੇ। ਅੱਛਾ ਸਰ, ਤੁਹਾਡੇ ਤੋਂ ਜਾਣਨਾ ਚਾਹਾਂਗੀ ਸਿੱਖੀਜ਼ਮ ਬਾਰੇ ਤੁਹਾਡਾ ਕੀ ਕਹਿਣਾ ਹੈ, ਸਿੱਖੀਜ਼ਮ ਨੂੰ ਲੈ ਕੇ, ਜਿਵੇਂ ਆਪਣੇ ਗੁਰੂ ਸਾਹਿਬ ਹੋ ਗਏ, ਗੁਰੂ ਨਾਨਕ ਦੇਵ ਜੀ ਹੋ ਗਏ, ਜਾਂ ਸਾਡੇ ਦਸਮ ਪਾਤਸ਼ਾਹ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਆਪਣਾ ਸਰਬੰਸ ਵਾਰ ਦਿੱਤਾ ਹੈ ਨਾ, ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਉਸ ਜਿਹੜੀ ਉਹਨਾਂ ਦੀ ਆਈਡੀਓਲੋਜੀ ਸੀਗੀ ਅਤੇ ਅੱਜ ਦੇ ਜਿਹੜੇ ਸਿੱਖ ਨੇ, ਭਾਵੇਂ ਉਹ ਪੰਜਾਬ 'ਚ ਨੇ, ਭਾਵੇਂ ਆਲ ਓਵਰ ਇੰਡੀਆ, ਭਾਵੇਂ ਆਲ ਓਵਰ ਦੁਨੀਆ ਦੇ ਵਿੱਚ, ਤਾਂ ਤੁਹਾਨੂੰ ਲੱਗਦਾ ਹੈ ਕਿ ਉਹ ਉਸ ਚੀਜ਼ ਨੂੰ ਲੈ ਕੇ ਚੱਲ ਰਹੇ ਨੇ, ਜਾਂ ਫਿਰ ਟਾਈਮ ਦੇ ਨਾਲ ਨਾਲ ਹੁਣ ਜਿਹੜੇ ਸਿੱਖ ਜਿਹੜੇ ਨੇ ਉਹ ਵੀ ਮਤਲਬ ਬਦਲ ਰਹੇ ਨੇ, ਵੈਸਟਰਨ ਕਲਚਰ ਤੋਂ ਪ੍ਰਭਾਵਿਤ ਹੋ ਰਹੇ ਨੇ? ਦੇਖੋ ਜੀ, ਸਾਡੇ ਤੇ ਗੁਰੂਆਂ ਨੇ ਜੋ ਕੁਝ ਕੀਤਾ ਔਰ ਅਸੀਂ ਤਾਂ ਉਹਦਾ ਰੱਤੀ ਮਾਤਰ ਵੀ ਨਹੀਂ ਕਰ ਸਕਦੇ, ਲੇਕਿਨ ਸਾਡੇ ਜਿਹੜੇ ਗਾਈਡੈਂਸ ਫੋਰਸ ਹੈ ਨਾ, ਉਹ ਥੋੜੀ ਕਿਧਰੇ ਖਿੜਕ ਰਹੀ ਹੈ ਜ਼ਮਾਨੇ ਦੇ ਨਾਲ ਚੱਲਣ ਨੂੰ। ਜ਼ਮਾਨੇ ਐਕਚੁਅਲੀ ਲੌਂਗ ਵਿਜ਼ਨ ਨਹੀਂ ਹੈਗੇ ਜਿਸ ਤਰ੍ਹਾਂ, ਔਰ ਇਹਦਾ ਗਰਭ ਆਫ ਆਫ ਕੇ ਅਸੀਂ ਹੁਣ ਜਿਸ ਅਸੀਂ ਲੰਗਰ ਜਿੱਥੇ ਮਰਜ਼ੀ ਜਾ ਕੇ ਲੰਗਰ ਕਰ ਦੇ, ਉੱਥੇ ਬਾੜ ਆ ਗਈ ਲੰਗਰ ਕਰ ਦਿਓ, ਉੱਥੇ ਬਾੜ ਆ ਗਈ ਇਹ ਕਰ ਦਿਓ ਕਰ ਦਿਓ, ਉਸ ਵਾਸਤੇ ਅਸੀਂ ਬੜੇ ਫੇਮਸ ਹਾਂ ਜੀ। ਲੇਕਿਨ ਹੁਣ ਇੱਕ ਨਵਾਂ ਕੰਸੈਪਟ ਆ ਰਿਹਾ, ਜਾਂ ਨਵੀਂ ਸੋਚ ਸਾਨੂੰ ਲੈਣੀ ਪਏਗੀ, ਜਿਸ ਤਰ੍ਹਾਂ ਕ੍ਰਿਸਚੀਅਨਿਟੀ ਵੱਧ ਰਹੀ ਹੈ ਪੰਜਾਬ ਵਿੱਚ, ਔਰ ਦੂਜੇ ਡੇਰੇ ਖੋਲ੍ਹ ਕੇ ਲੋਕ ਬੈਠ ਗਏ ਸਭ, ਕਿਉਂ, ਕੋਈ ਤਾਂ ਰੀਜ਼ਨ ਹੈਗਾ ਨਾ।
ਅਸੀਂ ਕਿਉਂ ਕਮਜ਼ੋਰ ਪੈ ਰਹੇ ਹਾਂ, ਸਾਰੇ ਬੱਚੇ ਵੀ ਬਾਹਰ ਕਿਉਂ ਜਾ ਰਹੇ ਨੇ, ਤੇ ਕੁਛ ਤਾਂ ਨਵਾਂ ਸੋਚਣਾ ਪਏਗਾ। ਜਿੱਥੋਂ ਤੁਸੀਂ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਇੱਕ ਸਿੱਧਾ ਜਿਹਾ ਸੋਚੋ ਕਿ ਅਸੀਂ ਕਿੰਨੇ ਲੰਗਰ ਕਰਨੇ ਆ, ਲੱਖਾਂ ਬੰਦੇ ਨੂੰ ਖਵਾਉਂਦੇ ਹਾਂ, ਅਸੀਂ ਇਸ ਕਰਕੇ ਨਹੀਂ ਖਵਾਉਂਦੇ ਕਿ ਤੁਸੀਂ ਸਾਡੇ ਸਰਦਾਰ ਬਣ ਜਾਓ, ਹਾਂਜੀ, ਲੇਕਿਨ ਅਦਰਵਾਈਜ਼ ਸਾਡੀ ਇੰਨੀ ਚੈਰਿਟੀ ਤੋਂ ਬਾਅਦ ਵੀ ਕਿੰਨੇ ਲੋਕਾਂ ਨੇ ਸਿੱਖਿਜ਼ਮ ਅਡਾਪਟ ਕੀਤਾ, ਨਹੀਂ ਕੀਤਾ, ਉਸ ਤੋਂ 20% ਵੀ ਨਹੀਂ ਕਰਦੇ ਹੋਣੇ ਕ੍ਰਿਸਚਨ ਜਾਂ ਦੂਜੇ ਧਰਮ ਵਾਲੇ ਲੋਕ ਅਡਾਪਟ ਕਰ ਲੈਂਦੇ ਨੇ। ਕੀ ਕਰਦੇ ਨੇ ਉਹ ਲੋਕ, ਬੱਚਿਆਂ ਨੂੰ, ਗਰੀਬ ਲੋਕਾਂ ਨੂੰ ਮੈਡੀਸਿਨ ਫ੍ਰੀ ਕਰ ਦਿੰਦੇ ਨੇ, ਹੈ ਨਾ, ਉਹਨਾਂ ਦੇ ਸਕੂਲ ਖੁਲਵਾ ਦਿੰਦੇ ਨੇ, ਅਤੇ ਉਹ ਚੀਜ਼ਾਂ ਹੈਗੀਆਂ। ਖਾਲੀ ਲੰਗਰ ਖਵਾਤਾ ਹੋ ਗਿਆ, ਬੰਦਾ ਖਾਇਆ ਗਿਆ, ਭੁੱਲ ਗਿਆ। ਜਿਹੜੀ ਜਿਸ ਤਰ੍ਹਾਂ ਅਸੀਂ ਗੁਰਦੁਆਰੇ ਬਣਾਏ ਜਾਂਦੇ ਹਾਂ, ਹਾਂਜੀ, ਸਕੂਲ ਬਣਾਓ ਨਾ, ਸਕੂਲ ਬਣਾਓ, ਟੈਕਨੀਕਲ ਇੰਸਟੀਚਿਊਟਸ ਬਣਾਓ, ਬੱਚੇ ਤੁਹਾਡੇ ਕਿਉਂ ਬਾਹਰ ਜਾ ਰਹੇ ਨੇ, ਬੱਚੇ ਕਿਉਂ ਬਾਹਰ ਜਾ ਰਹੇ, ਇੰਨਾ ਵੀ ਕਿਸੇ ਸੋਚੋ ਜ਼ਰਾ। ਜਿਹੜੇ 20-20 ਲੱਖ 25-25 ਲੱਖ ਰੁਪਏ ਦੇ ਕੇ ਬੱਚੇ ਬਾਹਰ ਭੇਜ ਰਹੇ ਨੇ, ਉਹ ਜੇ ਆਪਸ ਵਿੱਚ ਪੈਸਾ ਇਕੱਠਾ ਕਰਨ ਅਤੇ ਹਰ ਸਕੂਲ 'ਚ ਇੱਕ ਇੰਸਟੀਚਿਊਟ ਨਾ ਖੁੱਲ੍ਹ ਜਾਏ, ਜੀ, ਪੰਜਾਬ ਦੇ ਹਰ ਦੂਜੇ ਘਰ 'ਚ ਬੰਦਾ ਬਾਹਰ ਗਿਆ ਹੋਇਆ, ਅਤੇ ਜੇ ਇੱਕ ਪਿੰਡ ਵਾਲੇ ਉਨਾ ਹੀ ਪੈਸਾ ਜਿਹੜਾ ਬਾਹਰ ਜਾ ਕੇ ਖਰਚ ਕਰਨਾ, ਅਗਰ ਖਰਚ ਕਰੇ ਉੱਥੇ ਕੁਝ ਖੜਾ ਕਰ ਦੇਣ, ਤਾਂ ਕਿਆ ਦਿੱਕਤ, ਬਿਲਕੁਲ ਸਹੀ, ਅਗਰ ਪੜ੍ਹ ਲਿਖ ਕੇ ਜਾਏ ਨਾ, ਬਾਹਰ ਕੰਮ ਕਰਨ ਜਾਏ, ਜਿੱਥੇ ਮਰਜ਼ੀ ਜਾਏ। ਅਤੇ ਸਿੱਖਿਜ਼ਮ ਦਾ ਤਾਂ ਫੈਕਟਰ ਇਹ ਰਹਿ ਗਿਆ ਕਿ ਇੱਕ ਹੋਰ ਫੈਕਟਰ, ਅੱਜ ਕੱਲ੍ਹ ਥਿੰਕਿੰਗ ਥੋੜ੍ਹੀ ਸਾਨੂੰ ਮੋਡਰੇਟ ਹੋਣਾ ਪਏਗਾ, ਜਿਸ ਤਰ੍ਹਾਂ ਫੈਨੇਟਿਕਸ ਹੈਗੇ ਦੂਸਰੀ ਕੌਮਾਂ ਦੇ, ਨਾ ਨਹੀਂ ਲੈਣਾ ਚਾਹੀਦਾ, ਫੈਨੇਟਿਜ਼ਮ ਨਾਲ ਸਾਨੂੰ ਕੁਛ ਨਹੀਂ ਮਿਲਣਾ, ਕਿ ਇਹ ਪੱਕਾ ਸਿੱਖ ਕੇਸਧਾਰੀ ਹੋਏ, ਕਿਰਪਾਨ ਪਾਈ ਹੋਣੀ ਚਾਹੀਦੀ ਹੈ, ਹੈ ਨਾ, ਪੰਜ ਬਾਣੀ ਪਾਠ ਕਰਦਾ ਹੈ, ਉਸ ਤੋਂ ਬਾਅਦ ਭਾਵੇਂ ਜੋ ਮਰਜ਼ੀ ਕਰਦਾ ਹੈ, ਉਹ ਚੀਜ਼ ਨਹੀਂ ਹੈ। ਹੁਣ ਸਾਡੇ ਨਾਲ ਜ਼ਿਆਦਾ ਕਈ ਸਹਿਜਧਾਰੀ ਹੈਗੇ ਜਿਹੜੇ ਸਾਡੇ ਨਾਲ ਜ਼ਿਆਦਾ ਸੇਵਾ ਕਰਦੇ ਨੇ, ਸਾਡੇ ਨਾਲ ਜ਼ਿਆਦਾ ਸਿੱਖ ਪੰਥ ਵਾਸਤੇ ਕਰਦੇ ਹੋਣ, ਅਸੀਂ ਨਹੀਂ ਕਰਦੇ, ਅਸੀਂ ਪੰਜਾਬ ਪਾਪ ਦੂਜੇ ਕਰਨੇ, ਔਰ ਬਿਜ਼ਨਸ ਜਾਂ ਜਿਸ ਤਰ੍ਹਾਂ ਮਰਜ਼ੀ, ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਲੀਵਰੇਜ ਦੇਣੀ ਚਾਹੀਦੀ, ਕਿ ਇਹ ਨਹੀਂ ਕਿ ਉਹ ਅਤੇ ਮੋਨਾ ਜੀ ਸਹਿਜਧਾਰੀ ਇਹਨੂੰ ਬਾਹਰ ਕੱਢੋ, ਇਹਨੂੰ ਅਸੀਂ ਆਪਣੀ ਕਮੇਟੀ 'ਚ ਨਹੀਂ ਬਿਠਾ ਸਕਦੇ, ਇਹਨੂੰ ਇਸ ਤਰ੍ਹਾਂ ਕੀਰਤਨ ਨਹੀਂ ਕਰਨ ਦੇ ਸਕਦੇ, ਉਹ ਗੱਲ ਨਹੀਂ ਸਮਝ ਆਉਂਦੀ। ਸਾਨੂੰ ਮੋਡਰੇਟ ਹੋਣਾ ਪਏਗਾ, ਸਿੱਖਿਜ਼ਮ ਦੀ ਵੈਲਿਊਜ ਲੈ ਕੇ ਚੱਲੋ ਨਾ, ਜਿਹੜਾ ਸ਼ੇਪ, ਜਿਹੜਾ ਇੱਕ ਬਾਣਾ ਹੈਗਾ ਸੀ, ਬਾਣਾ ਠੀਕ ਹੈ, ਸਾਡੀ ਪਹਿਚਾਣ ਹੈ, ਲੇਕਿਨ ਬਾਣਾ ਪਹਿਨ ਕੇ ਅੱਜ ਕੱਲ੍ਹ ਲੋਕ ਕੀ ਕਰਦੇ ਪੈਣ, ਉਹ ਵੀ ਤੁਸੀਂ ਦੇਖ ਲਓ, ਵੈਲਿਊਜ਼ ਵੈਲਿਊ ਸਿੱਖਿਜ਼ਮ ਵਾਲੀ ਰੱਖੋ, ਸ਼ੇਪ 'ਤੇ ਨਾ ਜਾਓ ਕਿ ਉਹਨੇ ਮੋਨਾ ਹੈਗਾ, ਉਹਨੇ ਇਹ ਕੀ ਸੰਭਾਲੇਗਾ, ਕੀ ਕਰੇਗਾ। ਮੈਨੂੰ ਯਾਦ ਹੈ ਸਾਡੇ ਘਰ ਦੇ ਕੋਲ ਗੁਰਦੁਆਰਾ ਹੁੰਦਾ ਸੀ ਕਾਨਪੁਰ, ਸਹਿਜਦਾਰੀ ਪ੍ਰੈਜ਼ੀਡੈਂਟ ਸੀ, ਉਹਨੇ ਜੋ ਕੰਮ ਕੀਤੇ ਨੇ ਸਾਡੇ ਆਪਣੇ ਸਿੱਖ ਲੋਕ ਨਹੀਂ ਕਰ ਸਕੇ, ਜਿਹਨੇ ਉਹਨੇ ਆਪਣੇ ਟੈਨਰ 'ਚ ਕੀਤੇ ਨੇ ਕੰਮ, ਪਿਆਰ ਸੀ ਉਹਨੂੰ, ਉਹਦੇ ਆਪਣਾ ਬੱਚਾ ਉਹਨੇ ਸਿੱਖ ਬਣਾਇਆ ਸੀ, ਉਹ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਨਾ, ਇੱਕ ਫੈਮਿਲੀ 'ਚ ਇੱਕ ਬੱਚਾ ਸਰਦਾਰ ਹੋਏ, ਅਤੇ ਇਹ ਜਿਹੜਾ ਫੈਨੇਟਿਜ਼ਮ ਜਿਹੜਾ ਫੈਲਾ ਰਹੇ ਨੇ, ਜੇ ਖਾਲਿਸਤਾਨ ਦੇ ਨਾਂ 'ਤੇ ਭਾਵੇਂ ਕਿਸੇ ਦੇ ਨਾਂ 'ਤੇ, ਉਹ ਬਹੁਤ ਇਟ ਇਜ਼ ਨਾਟ ਐਕਸੈਪਟੇਬਲ, ਉਹ ਸਾਨੂੰ ਨੁਕਸਾਨ ਹੀ ਪਹੁੰਚਾ ਰਿਹਾ, ਫਾਇਦਾ ਕੁਛ ਨਹੀਂ ਆਉਣਾ। ਅਤੇ ਹੁਣ ਤਾਂ ਪੰਜਾਬ ਵਿੱਚ ਤੁਸੀਂ ਕਿੱਥੇ ਲੜ ਸਕਦੇ ਹੋ, ਪੰਜਾਬ ਵਿੱਚ ਤਾਂ ਮੈਕਸੀਮਮ ਬੰਦੇ ਤੁਹਾਡੇ ਕੋਲੋਂ ਵਿਖਰੇ ਜਾ ਰਹੇ ਨੇ, ਇਕੱਠੇ ਕਿੱਥੇ ਹੋ ਰਹੇ ਨੇ, ਆਪਸ ਵਿੱਚ ਤੁਹਾਡੇ ਗਰੁੱਪ ਹੈਗੇ, ਕ੍ਰਿਸਚਨ ਹੋ ਗਏ ਅੱਧੇ, ਅੱਧੇ ਡੇਰੇ ਵਾਲੇ ਹੋ ਗਏ, ਅੱਧੇ ਹਰਿਆਣਾ ਵਾਲੇ ਨਾਲ ਤੁਹਾਡੀ ਬਣਦੀ ਨਹੀਂ, ਤੁਹਾਨੂੰ ਬਚਾਏਗਾ ਕੌਣ? ਅਤੇ ਮਤਲਬ ਇਹ ਤਾਂ ਸਿਰਫ ਬਾਹਰ ਬੈਠੇ ਲੋਕਾਂ ਦਾ ਇੱਕ ਗੇਮ ਪਲੇ ਹੈਗਾ, ਆਪਣੇ ਵਾਸਤੇ, ਆਪਣੇ ਸ਼ੌਂਕ ਵਾਸਤੇ ਕਰਦੇ ਪਏ ਜਾਂ ਕੀ ਕਰਦੇ ਪਏ, ਮਤਲਬ ਕੋਈ ਲੌਜਿਕ ਵੀ ਨਹੀਂ ਬਹਿਗਾ। ਤੁਸੀਂ ਕਿਆ ਸਮਝੋ ਖਾਲਿਸਤਾਨ ਬਣ ਜਾਏਗਾ ਤਾਂ ਤੁਹਾਨੂੰ ਪਾਕਿਸਤਾਨ ਦੀ ਸਪੋਰਟ ਮਿਲੇਗੀ, ਉਹ ਤੁਹਾਨੂੰ ਖਾ ਜਾਣਗੇ, ਦੂਜੇ ਦਿਨ ਆ ਜਾਓ ਸਾਡੇ ਨਾਲ, ਨਹੀਂ ਤਾਂ ਅਸੀਂ ਤੁਹਾਨੂੰ ਚੱਕ ਦਿਆਂਗੇ। ਅਤੇ ਤੁਹਾਡੀ ਸਪੋਰਟ ਕਰਨਾ ਕੋਈ ਨਹੀਂ ਹੈਗਾ ਸੱਜੇ ਖੱਬੇ ਖਾਲਿਸਤਾਨ, ਹਿਊਮੈਨਿਟੀ ਸ਼ੁੱਡ ਬੀ ਕੈਪਟ ਇਨ ਦਾ ਫੋਰ ਫਰੰਟ, ਕਿ ਐਜ਼ ਏ ਹਿਊਮਨ ਤਾਂ ਅਸੀਂ ਹੈਗੇ ਨਾ, ਧਰਮ ਭਾਵੇਂ ਕੋਈ ਹੋਏ, ਇਨਸਾਨ ਤਾਂ ਹੈਗੇ ਆ ਨਾ ਅਸੀਂ, ਜੀ ਜੀ ਜੀ। ਇਹ ਤਾਂ ਹੁਣ ਜਿਹੜੇ ਦੂਜੇ ਧਰਮ ਵਾਲੇ ਕਹਿੰਦੇ ਕਿ ਨਹੀਂ, ਉਹ ਬਾਕੀ ਸਾਰੀ ਕੌਮਾਂ ਕਾਫੀ ਰਹਿ ਗਈਆਂ, ਮਾਰ ਦਿਓ, ਜੇ ਕਰ ਦਿਓ, ਉਹ ਕਰ ਦਿਓ, ਉਹ ਤਾਂ ਕਮ ਸੇ ਕਮ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ ਨਾ, ਜੀ ਸਾਡੇ ਗੁਰੂਆਂ ਨੇ ਤਾਂ ਮਤਲਬ ਕਹਿ ਲਓ ਕਿ ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਹੈ। ਬਿਲਕੁਲ, ਤੁਸੀਂ ਬਹੁਤ ਟਰੈਵਲ ਕਰਦੇ ਰਹੇ ਇੱਕ ਜਗ੍ਹਾ ਤੋਂ ਦੂਜੀ, ਕਿਉਂਕਿ ਤੁਹਾਡਾ ਕੰਮ ਜਿਹੜਾ ਸੀ ਵਰਕ ਪਲੇਸ ਤੁਹਾਡੀ ਐਵੇਂ ਦੀ ਸੀ, ਤਾਂ ਤੁਸੀਂ ਸਿੱਖੀ ਸਰੂਪ ਦੇ ਵਿੱਚ ਹੀ ਰਹੇ ਹੋ, ਤਾਂ ਮੋਸਟਲੀ ਕੀ ਹੁੰਦਾ ਕਿ ਅੱਜ ਦੀ ਜਨਰੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਨਹੀਂ ਸਾਡਾ ਕੰਮ ਇੱਦਾਂ ਦਾ ਹੈ, ਅਸੀਂ ਕੇਸ ਨਹੀਂ ਜੀ ਰੱਖ ਸਕਦੇ, ਅਸੀਂ ਦਾੜੀ ਨਹੀਂ ਰੱਖ ਸਕਦੇ, ਸਾਨੂੰ ਤਾਂ ਔਖਾ ਲੱਗਦਾ ਹੈ ਕਿਉਂਕਿ ਟਰੈਵਲ ਕਰਨਾ ਹੈ, ਇਹ ਕਰਨਾ। ਤੁਸੀਂ ਇੰਨਾ ਟਰੈਵਲ ਕਰਦੇ ਰਹੇ ਹੋ, ਤੁਸੀਂ ਸਿੱਖੀ ਸਰੂਪ ਦੇ ਵਿੱਚ ਹੋ ਅੱਜ ਵੀ, ਤਾਂ ਤੁਹਾਨੂੰ ਨਹੀਂ ਕਦੇ ਲੱਗਾ ਕਿ ਹਾਂ ਵੀ ਮੈਂ ਇਹ ਚੀਜ਼ਾਂ ਮੈਨੂੰ ਬੋਦਰ ਕਰਦੀਆਂ, ਮੈਂ ਬਦਲ ਲਵਾਂ ਖੁਦ ਨੂੰ? ਨਹੀਂ, ਹੋਇਆ ਮੇਰੇ ਨਾਲ ਵੀ ਹੋਇਆ ਇੱਕ ਵਾਰੀ, ਅਸੀਂ ਮੈਂ ਵੀ ਇੱਕ ਵਾਰੀ ਭੁਲੇਖੇ 'ਚ ਆ ਗਿਆ, ਗਲਤ ਰਸਤੇ ਪੈ ਗਿਆ ਸੀ, ਇਹ 92 ਦੀ ਗੱਲ ਹੈ, ਸ਼ਿਲੋਂਗ 'ਤੇ ਮੇਰਾ ਡਿਊਟੀ ਹੁੰਦੀ ਸੀ, ਸ਼ਿਲੋਂਗ 'ਤੇ ਰੋਡਸ ਬਣਾ ਰਹੇ ਸੀ ਅਸੀਂ,
ਤੇ ਨਵੇਂ ਫੈਸ਼ਨ ਦੇ ਚੱਕਰ 'ਚ ਪੈ ਕੇ ਅਤੇ ਹੋਰ ਆਸ ਪਾਸ ਦੇਖ ਕੇ ਮੈਂ ਵੀ ਪਟਕ ਗਿਆ ਸੀ ਅਤੇ ਕੇਸ ਕਤਲ ਕੀਤੇ ਸੀ ਮੈਂ ਵੀ ਜੀ। ਲੇਕਿਨ ਉਸ ਤੋਂ ਬਾਅਦ ਜੋ ਪ੍ਰੋਬਲਮਸ ਦਾ ਦੌਰ ਸ਼ੁਰੂ ਹੋਇਆ ਮੇਰੇ ਵਾਸਤੇ ਉਹ ਬੜਾ ਲੰਬਾ ਚੱਲਿਆ, ਉਹ ਚੱਲਿਆ 94 ਤੱਕ ਤੇ ਬੜੀ ਮੁਸੀਬਤਾਂ ਚੱਲੀਆਂ। ਫਿਰ ਮੈਂ ਇੱਕ ਵਾਰੀ ਗਿਆ ਵਿਚਕਾਰ, ਮੈਂ ਈਵਨ ਕੰਮ ਛੋੜ ਕੇ ਬੈਠ ਗਿਆ ਸੀ ਅਤੇ ਫਿਰ ਦਰਬਾਰ ਸਾਹਿਬ ਗਿਆ, ਮੈਂ ਜਾ ਕੇ ਆਪ ਗਲਤੀਆਂ ਮੰਨੀ, ਮਾਫੀ ਮੰਗੀ, ਨੱਕ ਰਗੜਿਆ ਕਿ ਹੁਣ ਦੁਬਾਰਾ ਨਹੀਂ ਹੋਏਗਾ, ਮੈਨੂੰ ਦੁਬਾਰਾ ਇਜਾਜ਼ਤ ਦਿਓ ਅਤੇ ਮੈਂ ਸਾਰੀ ਗਲਤੀਆਂ ਸੁਧਾਰਾਂਗਾ। ਅਤੇ ਦੁਬਾਰਾ ਆ ਕੇ ਮੈਂ ਕੇਸ ਰੱਖੇ, ਪਗੜੀ ਪਾਈ ਅਤੇ ਉਸ ਤੋਂ ਬਾਅਦ ਸਭ ਕੁਝ ਠੀਕ ਹੁੰਦਾ ਚਲਾ ਗਿਆ ਜੀ। ਉਸ ਤੋਂ ਬਾਅਦ ਹੀ ਮੈਂ ਇੱਕਦਮ ਕੰਪਨੀ ਉਤਨਾ ਰਾਈਜ ਕੀਤਾ ਹੈ ਕਿ ਜਿੰਨਾ ਮੈਨੂੰ ਆਪ ਉਮੀਦ ਨਹੀਂ ਸੀ ਕਿ ਆਈ ਵਾਸ ਈਵਨ ਸੈਕਿੰਡ ਟੂ ਐਮ ਡੀ, ਕਿ ਮੈਂ ਕਿਸੇ ਹੋਰ ਡਾਇਰੈਕਟਰ ਨੂੰ ਵੀ ਓਵਰ ਰੂਲ ਕਰ ਸਕਦਾ ਸੀ, ਮੇਰੇ ਮੈਨੂੰ ਇੰਨੀ ਪਾਵਰ ਦਿੱਤੀ ਗਈ ਕਿ ਤੂੰ ਜੋ ਕਰਨਾ ਕਰ ਦੇ, ਬਸ ਖਾਲੀ ਮੰਦਾਸ ਜਿਹਨੇ ਕਿਹਾ ਕੀਤਾ ਹੈ ਜੀ। ਉਹ ਇੰਨੀ ਪਾਵਰ ਕਿਸੇ ਡਾਇਰੈਕਟਰ ਦੀ ਵੀ ਨਹੀਂ ਸੀ, ਉਹ ਪਾਵਰ ਮੈਨੂੰ ਮਿਲਦੀ ਜੀ ਜੀ ਜੀ। ਅਤੇ ਬਾਬੇ ਦੀ ਮਿਹਰ ਸੀ, ਉਸ ਤੋਂ ਬਾਅਦ ਸਿੱਖੀ ਸਰੂਪ ਵਿੱਚ ਅਸੀਂ ਰਹੇ ਹਾਂ। ਕਿਆ ਬਾਤ ਹੈ। ਮੈਂ ਇੱਕ ਆਪਣਾ ਐਨ ਜੀ ਓ ਵੀ ਖੋਲ੍ਹਿਆ, ਚੱਕ ਦੇ ਫਾਊਂਡੇਸ਼ਨ ਨਾਲ ਰੱਖਿਆ ਉਹਦਾ, ਕਿ ਕਿਸੇ ਗਰੀਬ ਘਰ ਦੇ ਬੱਚੇ ਨੂੰ ਕੁਛ ਮਦਦ ਚਾਹੀਦੀ, ਫੀਸ ਚਾਹੀਦੀ ਹੈ ਅਤੇ ਖੇਡਾਂ 'ਚ ਜਨਰਲੀ ਖੇਡਾਂ ਵਾਸਤੇ ਬਣਾਇਆ ਸੀ ਕਿ ਜਿਹੜਾ ਬੱਚਾ ਜ਼ਿਆਦਾ ਟੈਲੈਂਟ ਹੈਗਾ ਉਹਨੂੰ ਅੱਗੇ ਕਿਸ ਤਰ੍ਹਾਂ ਵਧਾਉਣਾ ਹੈ, ਉਹਨੂੰ ਪੈਸੇ ਘੱਟ ਪੈਂਦੇ ਨੇ, ਘਰ ਵਾਲੇ ਖੇਡਣ ਨਹੀਂ ਦਿੰਦੇ, ਉਸ ਤਰ੍ਹਾਂ ਦੇ ਫੀਸ ਵਧਾਇਆ। ਉਸ ਤਰ੍ਹਾਂ ਕਰਕੇ ਈਵਨ ਨਾਗਾਲੈਂਡ ਤੱਕ ਜੀ ਸਕੂਲ 'ਚ ਫੀਸ ਮੈਂ ਦਿੰਦਾ ਸੀ, ਹੁਣ ਪਿੱਛੇ ਬੰਦ ਹੋਈ ਹੈ ਕਿਉਂਕਿ ਬੱਚੇ ਅੱਗੇ ਚਲੇ ਗਏ। ਹਾਂਜੀ। ਅਤੇ ਇੱਥੋਂ ਨਾਗਾਲੈਂਡ ਦੇ ਕੋਲ ਇੱਕ ਸਕੂਲ ਹੈਗਾ, ਉੱਥੇ ਦੇ ਬੱਚਿਆਂ ਦੀ ਫੀਸ ਮੈਂ ਦਿੰਦਾ ਰਿਹਾ, ਕਿੰਨੇ 8-10 ਬੱਚੇ ਸੀ, ਕਿੰਨੇ ਸਾਲ ਅਸੀਂ ਦਿੰਦੇ ਰਹੇ। ਅਤੇ ਨਹੀਂ ਤਾਂ ਬੱਚੇ ਸਾਡੇ ਬਰਾਡੀ 'ਚ ਹੈਗਾ, ਹੁਣ ਆਪਣਾ ਸਟਾਫ ਨਾਲ ਵੀ ਮੈਂ ਇਸ ਤਰ੍ਹਾਂ ਹੀ ਕਰਨਾ। ਹੁਣ ਕਿਸੇ ਬੱਚੇ ਦੀ ਫਾਦਰ ਡੈਥ ਹੋ ਗਈ ਸੀ, ਬਹੁਤ ਗਰੀਬ ਹੈ ਘਰ ਵਾਲੇ, ਕੁਛ ਨਹੀਂ ਹੈਗਾ, ਸਾਰਾ ਉਹਨਾਂ ਦਾ ਸਾਰਾ ਕਰਵਾਇਆ ਕੰਮ ਕਰ, ਜਦਕਿ ਉਸ ਟਾਈਮ ਮੇਰੀ ਪੋਜੀਸ਼ਨ ਬਹੁਤ ਟਾਈਟ ਸੀ। ਲੇਕਿਨ ਸਾਡੇ ਬਰਾਡ 'ਚ ਹੈ ਕਿ ਨਹੀਂ, ਇਸ ਕੰਮ ਤੋਂ ਪਿੱਛੇ ਨਹੀਂ ਹਟਣਾ, ਜਿੰਨਾ ਹੋ ਸਕੇ ਓਨਾ ਕਰਨਾ। ਅੱਛਾ ਸਰ, ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਕਿ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਹੋਕੀ ਖੇਡਦੇ ਰਹੇ ਹੋ, ਤਾਂ ਕੀ ਕਾਰਨ ਸੀ ਕਿ ਤੁਸੀਂ ਆਪਣਾ ਹੋਕੀ ਖੇਡਣਾ ਛੱਡ ਦਿੱਤੀ? ਉਸ ਟਾਈਮ ਸਾਡੇ ਫਾਦਰ ਜੋਬ ਕਰਦੇ ਹੁੰਦੇ ਸੀ, ਅਸੀਂ ਸਾਡੀ ਫੈਮਿਲੀ ਫੋਰ ਫਾਦਰ ਤੇ ਬੜੇ ਰਿਚ ਹੈਗੇ ਸੀ, ਪਾਕਿਸਤਾਨ ਤੋਂ ਆਏ ਸੀ, ਜਬਲਪੁਰ ਸ਼ਿਫਟ ਹੋਏ ਸੀ ਜੀ ਜੀ ਜੀ। ਲੇਕਿਨ ਸਾਡੇ ਫਾਦਰ ਦਾ ਇੰਸੀਡੈਂਟ ਇਹ ਹੋਇਆ ਕਿ ਉਹਨਾਂ ਨੇ ਕਈ ਜਗ੍ਹਾ ਆਪਣਾ, ਉਸ ਪੁਰਾਣੇ ਟਾਈਮ ਦੇ ਵੀ BA ਪਾਸ ਹੈਗੇ ਸੀ, ਉਸ ਟਾਈਮ BA ਵੱਡੀ ਗੱਲ, ਹਾਂਜੀ ਬਿਲਕੁਲ, ਉਹ ਵੀ ਹਾਕੀ ਪਲੇਅਰ ਸੀ। ਲੇਕਿਨ ਜੋਬ ਉਹਨਾਂ ਦਾ ਕਿਤੇ ਸੈੱਟ ਨਹੀਂ ਹੋ ਰਿਹਾ ਸੀ, ਕਦੀ ਕਿਧਰੇ ਕਦੀ ਕਿਧਰੇ, ਕਰਦੇ ਕਰਦੇ ਅਸੀਂ ਕਾਨਪੁਰ ਪਹੁੰਚ ਗਏ ਜੀ। ਅਤੇ ਫਾਈਨੈਂਸ਼ੀਅਲ ਪੋਜੀਸ਼ਨ ਬੜੀ ਟਾਈਟ ਸੀ, ਜਿਹੜਾ ਵੀ ਖੇਡਿਆ ਮੈਂ ਆਪਣੇ ਦਮ 'ਤੇ ਇਸ ਤਰ੍ਹਾਂ ਖੇਡਿਆ ਕਿ ਉਹ ਕਾਲਜ ਖੇਡਿਆ ਅਤੇ ਸਾਰੀ ਫੀਸਾਂ ਕਾਲਜ ਦੀ ਮਾਫ਼ ਹੋ ਗਈਆਂ ਜੀ। ਅਤੇ ਬਾਹਰ ਟੂਰ 'ਤੇ ਖੇਡਣ ਗਏ ਤਾਂ ਕੋਈ ਸਪੋਂਸਰ ਮਿਲ ਗਏ ਜੀ, ਅਤੇ ਪੈਸੇ ਜ਼ਿਆਦਾ ਹੈ ਨਹੀਂ ਸੀ ਸਾਡੇ ਕੋਲ, ਨਹੀਂ ਤਾਂ ਅੱਗੇ ਮੈਂ ਹੋਰ ਖੇਡਣਾ ਚਾਹੁੰਦਾ ਸੀ। ਅੱਛਾ, ਵੈਸੇ ਵੀ ਇਹ ਚੀਜ਼ ਹੈ ਨਾ ਕਿ ਸਿੱਖ ਜਿੱਥੇ ਵੀ ਜਾਂਦਾ ਖੁਸ਼ਹਾਲੀ ਅਤੇ ਇੱਕ ਜਿਹੜੀ ਹੈ ਕਹਿ ਲਓ ਕਿ ਪਿਆਰ ਉਹ ਵੰਡਦਾ, ਤਾਂ ਉਹ ਚੀਜ਼ ਤੁਸੀਂ ਸੰਭਾਲ ਕੇ ਰੱਖੀ। ਅਸੀਂ ਤੁਹਾਡੇ ਰੈਸਟੋਰੈਂਟ ਬਾਰੇ ਗੱਲ ਕਰਾਂਗੇ, ਸਟੱਕ ਦੇ ਬਾਰੇ, ਜਿਹੜੇ ਲੋਕ ਇੱਥੇ ਆਉਂਦੇ ਨੇ ਤੁਹਾਡੇ ਕੋਲ ਡੇਲੀ ਬੇਸਿਸ ਦੇ ਉੱਤੇ, ਕੀ ਜਿਹੜੀ ਹੈ ਤੁਹਾਡੀ ਇੱਥੇ ਦੀ ਸਪੈਸ਼ਲਿਟੀ ਹੈ, ਕੀ ਖਾਣਾ ਲੋਕ ਪਸੰਦ ਕਰਦੇ ਨੇ? ਖਾਣਾ ਸਾਡੀ ਸਪੈਸ਼ਲਿਟੀ, ਜਿਹੜਾ ਸਭ ਤੋਂ ਜ਼ਿਆਦਾ ਇੱਥੇ ਸਾਡਾ ਪਸੰਦ ਕਰਦੇ ਨੇ, ਜਿਹੜਾ 120 ਕਿਲੋਮੀਟਰ ਦੂਰ ਤੋਂ ਲਮਡਿੰਗ ਰੰਗਾ ਤੋਂ ਹੋ ਤੋਂ ਚੜ੍ਹ ਕੇ ਲੋਕ ਆਉਂਦੇ ਨੇ, ਕਈ ਤੇਜ਼ਪੁਰ ਤੋਂ ਵੀ ਆਉਂਦੇ ਨੇ ਜੀ, ਅਤੇ ਚਿਕਨ ਤੰਦੂਰੀ, ਚਿਕਨ ਅਫਗਾਨੀ, ਛੋਲੇ ਭਟੂਰੇ ਜੀ, ਪਰਾਠਾ, ਦਾਲ ਮੱਖਣੀ, ਚਿਕਨ ਪਟਿਆਲਾ, ਚਿਕਨ ਬਟਰ ਮਸਾਲਾ, ਪਨੀਰ ਬਟਰ ਮਸਾਲਾ, ਮਤਲਬ ਪੰਜਾਬੀ ਚੀਜ਼ਾਂ, ਪੰਜਾਬੀ ਚੀਜ਼ਾਂ। ਅਸੀਂ ਅਸਾਮੀ ਥਾਲੀ ਸ਼ੁਰੂ ਕੀਤੀ ਸੀ, ਬਟ ਅਸੀਂ ਸਕਸੈਸਫੁਲ ਨਹੀਂ ਹੋ ਸਕੇ ਤੇ ਕਿਉਂਕਿ ਉਹ ਟੱਚ ਨਹੀਂ ਦੇ ਸਕੇ ਅਸੀਂ ਲੋਕਲ ਦਾ। ਅੱਛਾ ਜੀ। ਕਿਉਂਕਿ ਪੰਜਾਬੀ ਵਾਸਤੇ ਵੀ ਹੈਵ ਆਲਮੋਸਟ ਨੋ ਕੰਪੀਟੀਸ਼ਨ, ਅਗਰ ਕੋਈ ਕਰਦਾ ਵੀ ਤਾਂ ਵੀ ਚੈਲੰਜ ਕਿ ਜੋ ਅਸੀਂ ਚੀਜ਼ ਦੇ ਰਹੇ ਹਾਂ, ਅਸੀਂ ਕੋਈ ਦੂਜਾ ਦੇਣ ਵਾਲਾ ਕਮ ਸੇ ਕਮ ਹਾਈਵੇ ਤਾਂ ਨਹੀਂ ਹੈਗਾ ਜੀ। ਕਿਆ ਬਾਤ ਹੈ। ਅਤੇ ਅਸੀਂ ਵੀ ਚੱਲਦੇ ਹਾਂ ਅਤੇ ਟੇਸਟ ਕਰਦੇ ਹਾਂ ਤੁਹਾਡੇ ਇੱਥੋਂ ਦਾ ਖਾਣਾ। ਸਰ, ਗੱਲਬਾਤ ਕਰਦੇ ਕਰਦੇ ਸਾਨੂੰ ਭੁੱਖ ਲੱਗ ਗਈ ਸੀਗੀ ਅਤੇ ਫਿਰ ਸਰ ਨੇ ਕਿਹਾ ਕਿ ਅਸੀਂ ਖਾਣਾ ਵੀ ਖਾ ਲੈਂਦੇ ਹਾਂ ਹੁਣ, ਹੈ ਨਾ, ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਰਹਿਣਗੀਆਂ। ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਦਹੀਂ ਹੈ, ਨਾਲ ਪਰਾਂਠਾ ਹੈ, ਆਲੂ ਮਟਰ ਦੀ ਸਬਜ਼ੀ ਹੈ ਅਤੇ ਨਾਲ ਹੈ ਚਨੇ, ਅਤੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਭਟੂਰੇ ਨੇ। ਤਾਂ ਅਸੀਂ ਟੇਸਟ ਕਰਦੇ ਹਾਂ।
ਇੰਨੀ ਦੂਰ ਆਏ ਆ ਤਾਂ ਮਤਲਬ ਪੰਜਾਬ ਦਾ ਜਿਹੜਾ ਉਹ ਟੇਸਟ ਹੈ ਉਹ ਵੇਖਦੇ ਆ ਕਿ ਇਹਦੇ ਵਿੱਚ ਸਾਨੂੰ ਮਿਲਦਾ ਹੈ ਕਿ ਨਹੀਂ। ਵਾਹ, ਮਤਲਬ ਖਾਣਾ ਜਿਹੜਾ ਤੁਹਾਡਾ ਹੈ ਮੈਨੂੰ ਲੱਗ ਨਹੀਂ ਰਿਹਾ ਕਿ ਮੈਂ ਢਾਬੇ ਦਾ ਖਾ ਰਹੀ ਹਾਂ, ਮੈਨੂੰ ਐਂ ਲੱਗ ਰਿਹਾ ਕਿ ਮੈਂ ਘਰ ਦਾ ਖਾਣਾ ਖਾ ਰਹੀ ਹਾਂ। ਵਾਓ। ਅੱਛਾ, ਆਲੂ ਮਟਰ ਸੇਮ ਨਾ ਮੇਰੇ ਮੰਮਾ ਜਿਵੇਂ ਬਣਾਉਂਦੇ ਆ ਨਾ ਉਵੇਂ ਦਾ ਟੇਸਟ ਆ ਰਿਹਾ ਜਿਵੇਂ ਘਰ ਦੇ ਵਿੱਚ ਮੈਂ ਖਾ ਰਹੀ ਹੁੰਦੀ ਹਾਂ। ਇਸ ਕਰਕੇ ਕਿ ਜਿਹੜੇ ਸਾਡੇ ਮੇਨ ਕੁੱਕ ਹੈਗੇ ਨਾ ਇੱਕ ਦੋ, ਉਹ ਸਾਡੇ ਘਰਾਂ 'ਚ ਕੰਮ ਕਰ ਚੁੱਕੇ ਨੇ ਜਦ ਮੈਂ ਹਾਈਵੇ ਕੰਪਨੀ 'ਚ ਹੈਗਾ ਸੀ ਜੀ, ਅਤੇ ਉਹਨਾਂ ਨੂੰ ਨਾਲ ਲੈ ਕੇ ਸ਼ੁਰੂ ਕੀਤਾ ਸਾਰਾ। ਅੱਛਾ ਜੀ। ਫਿਰ ਸਾਡੇ ਫੈਮਿਲੀ ਦੇ ਜਿਹੜੇ ਕੈਟਰਿੰਗ ਵਾਲੇ ਹੁੰਦੇ ਨੇ ਉਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਪੂਰੀ ਪੱਕੀ ਪੰਜਾਬੀ ਖਾਣੇ ਦੀ ਟ੍ਰੇਨਿੰਗ ਦਿੱਤੀ ਗਈ। ਅੱਛਾ ਜੀ। ਜਦਕਿ ਮੈਕਸਿਮਮ ਬੰਦੇ ਲੋਕਲ ਹੀ ਨੇ, ਲੇਕਿਨ ਹੁਣ ਪੰਜਾਬੀ ਖਾਣੇ ਦਾ ਐਕਸਪਰਟ ਬਣਾ ਦਿੱਤਾ। ਬਹੁਤ ਸਵਾਦ ਸੀਗਾ, ਬਹੁਤ ਮਜ਼ਾ ਆਇਆ ਖਾਣਾ ਖਾ ਕੇ। ਮਤਲਬ ਮੈਂ ਇਹੀ ਕਹਿਣਾ ਚਾਹਾਂਗੀ ਕਿ ਆਪਣੇ ਦਰਸ਼ਕਾਂ ਨੂੰ ਵੀ, ਜੇ ਕਦੇ ਵੀ ਤੁਸੀਂ ਆਸਾਮ ਆਉਂਦੇ ਹੋ, ਨਗਾਓਂ ਆਉਂਦੇ ਹੋ, ਤਾਂ ਜ਼ਰੂਰ ਹੋ ਕੇ ਜਾਓ ਔਨ ਵੇ ਟੂ ਕਾਜ਼ੀਰੰਗਾ। ਜੀ, ਦ ਵੇ ਟੂ ਕਾਜ਼ੀਰੰਗਾ। ਮਤਲਬ ਇੱਦਾਂ ਦਾ ਖਾਣਾ ਤੁਸੀਂ, ਮਤਲਬ ਵਾਓ, ਮੈਂ ਬਿਆਨ ਨਹੀਂ ਕਰ ਸਕਦੀ ਕਿ ਇੰਨਾ ਟੇਸਟੀ ਹੈ। ਸੋ ਬਹੁਤ ਮਜ਼ਾ ਆਇਆ ਸਰ, ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਤੁਹਾਡੀ ਜਿਹੜੀ ਇੰਨੀ ਇੰਟਰਸਟਿੰਗ ਜੀ ਜਰਨੀ ਹੈ ਉਹ ਸੁਣੀ, ਅਤੇ ਤੁਹਾਡੇ ਜਿਹੜਾ ਇੱਥੋਂ ਦਾ ਰੈਸਟੋਰੈਂਟ ਹੈ, ਢਾਬਾ ਹੈ, ਉਹਦਾ ਖਾਣਾ ਲਾਜਵਾਬ ਸੀਗਾ ਅਤੇ ਬਹੁਤ ਵਧੀਆ ਲੱਗਾ ਮੈਨੂੰ। ਅਤੇ ਥੈਂਕ ਯੂ ਸੋ ਮੱਚ ਕਿ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਹ ਸਾਨੂੰ ਦਿੱਤਾ। ਥੈਂਕ ਯੂ ਵੈਰੀ ਮੱਚ ਤੁਹਾਨੂੰ ਕਿ ਇੰਨੀ ਦੂਰੋਂ ਚੜ੍ਹ ਕੇ ਆਇਓ। ਮੈਂ ਹੈਰਾਨ ਹਾਂ ਕਿ ਕਿੰਨੀ ਦੂਰ ਤੁਸੀਂ ਟਰੈਵਲ ਕਰਦੇ ਹੋ ਹਰੀ ਸਿੱਖਾਂ ਨੂੰ ਉਹ ਦੇਣ ਵਾਸਤੇ, ਐਕਸਪੋਜ਼ਰ ਦੇਣ ਵਾਸਤੇ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, ਥੈਂਕ ਯੂ। ਅਤੇ ਹੁਣ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਅਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਆਓ ਕਦੇ ਫਿਰ ਚੱਕਰ ਲਗਾਓ ਸਾਹਿਬ। ਜ਼ਰੂਰ ਜ਼ਰੂਰ ਸਰ, ਥੈਂਕ ਯੂ ਸੋ ਮੱਚ। ਅਤੇ ਹੁਣ ਦਰਸ਼ਕੋ ਤੁਹਾਡੇ ਤੋਂ ਵੀ ਇਜਾਜ਼ਤ ਲਵਾਂਗੀ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਜਿਹੜਾ ਐਪੀਸੋਡ ਹੈ ਉਹ ਚੰਗਾ ਲੱਗਾ ਹੋਏਗਾ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ, ਮੈਂ ਮਿਲਾਂਗੀ ਅਗਲੇ ਐਪੀਸੋਡ ਦੇ ਵਿੱਚ ਇਸੇ ਤਰ੍ਹਾਂ ਕਿਸੇ ਹੋਰ ਸਿੱਖ ਪਰਸਨੈਲਿਟੀ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਆਈ ਐਮ ਪ੍ਰਾਊਡ ਟੂ ਬੀ ਅ ਸਿੱਖ, ਆਈ ਐਮ ਪ੍ਰਾਊਡ ਟੂ ਬੀ ਅਨ ਅਸਾਮੀਸ, ਐਂਡ ਆਈ ਐਮ ਪ੍ਰਾਊਡ ਟੂ ਬੀ ਅਨ ਇੰਡੀਅਨ।